ਨਮਸਕਾਰ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਮਨੂ ਮੋੜ ਤੇ ਇਸ ਵੀਡੀਓ ਵਿੱਚ ਆਪਾਂ ਇੰਪੋਰਟੈਂਸ ਡੇ ਨੂੰ ਕਵਰ ਕਰਾਂਗੇ ਐਗਜ਼ਾਮ ਦੇ ਪੁਆਇੰਟ ਆਫ 뷰 ਨਾਲ ਕਾਫੀ ਇੰਪੋਰਟੈਂਟ ਨੇ ਹਰ ਐਗਜ਼ਾਮ ਵਿੱਚ ਦੋ ਕੁਐਸਚਨ ਜ਼ਰੂਰ ਐਗਜ਼ਾਮ ਵਿੱਚ ਪੁੱਛੇ ਜਾਂਦੇ ਨੇ ਹੁਣ ਆਪਾਂ ਜ਼ਿਆਦਾ ਟਾਈਮ ਵੇਸਟ ਨਹੀਂ ਕਰਦੇ ਜਲਦੀ ਨਾਲ ਆਪਣਾ ਅੱਜ ਦੀ ਕਲਾਸ ਆਪਟ ਕਰ ਲੀਨਿਆ ਸਭ ਤੋਂ ਪਹਿਲਾਂ ਆਪਾਂ ਜਨਵਰੀ ਦੇ ਮਹੀਨਿਆਂ ਦੀ ਗੱਲ ਕਰ ਲਈਏ ਜਨਵਰੀ ਵਿੱਚ ਕਿਹੜੇ ਕਿਹੜੇ ਐਗਜ਼ਾਮ ਦੇ ਪੁਆਇੰਟ ਆਫ 뷰 ਨਾਲ ਇੰਪੋਰਟੈਂਸ ਡੇ ਨੇ ਤਾਂ ਸਭ ਤੋਂ ਪਹਿਲਾਂ 12 ਜਨਵਰੀ ਆ ਉਸ ਨੂੰ ਕੀ ਆ ਯੂਵਾ ਦਿਵਸ ਸੈਲੀਬ੍ਰੇਟ ਕੀਤਾ ਜਾਂਦਾ ਹੁਣ ਤੁਹਾਡੇ ਤੋਂ ਐਗਜ਼ਾਮ ਵਿੱਚ ਇਹ ਕੁਐਸਚਨ ਦੋ ਟਾਈਪ ਨਾਲ ਪੁੱਛਿਆ ਜਾ ਸਕਦਾ ਹੈ ਜਾਂ ਤਾਂ ਸਿੱਧੀ ਡੇਟ ਦਿੱਤੀ ਹੋਵੇਗੀ ਕਿ 12 ਜਨਵਰੀ ਨੂੰ ਕਿਹੜਾ ਦਿਨ ਸੈਲੀਬ੍ਰੇਟ ਕੀਤਾ ਜਾਂਦਾ ਹੈ ਯਾਨੀ ਕਿਹੜਾ ਦਿਵਸ ਮਨਾਇਆ ਜਾਂਦਾ ਹੈ ਤਾਂ ਆਪਾਂ ਨੂੰ ਯਾਦ ਰੱਖਣਾ ਹੋਵੇਗਾ ਰਾਸ਼ਟਰੀ ਯੂਵਾ ਦਿਵਸ 12 ਜਨਵਰੀ ਨੂੰ ਮਨਾਇਆ ਜਾਂਦਾ ਹੈ ਜਾਂ ਆਪਣੇ ਤੋਂ ਐਗਜ਼ਾਮ ਵਿੱਚ ਕੁਐਸਚਨ ਦਿੱਤਾ ਹੋਊਗਾ ਕਿ ਰਾਸ਼ਟਰੀ ਯੂਵਾ ਦਿਵਸ ਕਿਸ ਦਿਨ ਸੈਲੀਬ੍ਰੇਟ ਯਾਨੀ ਮਨਾਇਆ ਜਾਂਦਾ ਹੈ ਤਾਂ ਆਪਾਂ ਨੂੰ ਯਾਦ ਰੱਖਣਾ ਹੋਵੇਗਾ 12 ਜਨਵਰੀ ਨੂੰ ਹੀ ਸੈਲੀਬ੍ਰੇਟ ਜਾਂ ਮਨਾਇਆ ਜਾਂਦਾ ਹੈ ਕਿ ਦੋਸਤੋ ਵੈਸੇ ਆਈ نو ਹੈ ਤਾਂ ਥੋੜਾ ਜਿਹਾ ਡਿਫਿਕਲਟ ਹੈ ਇਹ ਡੇਟਸ ਯਾਦ ਰੱਖਣੀ ਕਿਉਂਕਿ ਕਨਫਿਊਜ਼ ਹੋ ਜਾਂਦਾ ਹੈ ਬੱਚਾ ਕਿ ਕਿਹੜੀ ਡੇਟ ਨੂੰ ਕਿਹੜਾ ਦਿਨ ਸੇ ਤਾਂ ਤੁਸੀਂ ਕਿਸੇ ਨਾਲ ਵੀ ਰਿਲੇਟ ਕਰਕੇ ਯਾਦ ਰੱਖ ਸਕਦੇ ਹੋ ਮੈਂ इजीली ਕਿਵੇਂ ਇਹ ਯਾਦ ਰੱਖਿਓ ਇਹਨੇ ਮੈਂ ਆਪਣੇ ਫਰੈਂਡਸ ਦੇ ਯਾ ਆਪਣੀ ਫੈਮਿਲੀ ਮੈਂਬਰ ਦੇ ਬਰਥਡੇ ਜਿਹੜੇ ਜਨਮ ਦਿਨ ਨੇ ਉਹਨਾਂ ਨਾਲ ਇਹ ਡੇਟਸ ਰਿਲੇਟ ਕੀਤੀ ਹੋਈ ਐਗਜ਼ੈਂਪਲ ਦੇ ਤੌਰ ਤੇ ਜਿਵੇਂ ਮੇਰੇ ਅੰਕਲ ਦਾਇਆ ਮੇਰੇ ਫਾਦਰ ਦਾ ਜਨਮ ਦਿਨ ਹੈ 12 ਜਨਵਰੀ ਨੂੰ ਤਾਂ ਉਸ ਨਾਲ ਮੈਂ ਰਿਲੇਟ ਕੀਤਾ ਹੋਇਆ ਯੂਵਾ ਦਿਵਸ ਇਸ ਤਰ੍ਹਾਂ ਆਪਾਂ ਇਮੇਜਿਨੇਸ਼ਨ ਕਰਕੇ ਨਾਮ ਯਾਦ ਰੱਖ ਸਕਦੇ ਹੋ ਲੰਬੇ ਸਮੇਂ ਤੱਕ ਇਸੇ ਤਰ੍ਹਾਂ ਹੁਣ ਆਪਾਂ ਗੱਲ ਕਰੀਏ 15 ਜਨਵਰੀ 15 15 ਜਨਵਰੀ ਨੂੰ ਕੀ ਆਰਮੀ ਡੇ ਹੈ ਮਤਲਬ ਫੌਜ ਦਿਵਸ ਹੈ ਐਂਡ 24 ਜਨਵਰੀ ਦੀ ਗੱਲ ਕਰੀਏ 24 ਜਨਵਰੀ ਨੂੰ ਨੈਸ਼ਨਲ ਗਰਲ ਚਾਈਲਡ ਡੇ ਹੈ ਮਤਲਬ ਕਿ ਜਿਹੜੀ ਫੀਮੇਲ ਬੱਚੇ ਹੁੰਦੇ ਨੇ ਆਪਣੇ ਉਹਨਾਂ ਵਾਸਤੇ ਇਹ ਦਿਨ ਸਮਰਪਿਤ ਹੈ ਤੇ 25 ਜਨਵਰੀ ਨੂੰ ਗੱਲ ਕਰੀਏ ਸੈਰਸਪਾਟਾ ਦਿਵਸ ਸੈਲੀਬ੍ਰੇਟ ਕੀਤਾ ਜਾਂਦਾ ਤੇ ਵੋਟਰ ਦਿਵਸ ਵੀ 25 ਜਨਵਰੀ ਨੂੰ ਹੀ ਇਹ ਦੋਨੇ ਇੰਪੋਰਟੈਂਟ ਨੇ ਦੋਸਤੋ ਯਾਦ ਰੱਖਿਓ 25 ਜਨਵਰੀ ਨੂੰ ਹੀ ਸਰਸਪਾਟਾ ਦਿਵਸ ਤੇ ਵੋਟਰ ਦਿਵਸ ਮਨਾਇਆ ਜਾਂਦਾ ਹੈ ਤੇ ਇਸ ਤੋਂ ਬਾਅਦ ਗੱਲ ਕਰੀਏ 30 ਜਨਵਰੀ ਨੂੰ ਤਾਂ ਇਸ ਦਿਨ ਆਪਣਾ ਰਾਸ਼ਟਰੀ ਸ਼ਹੀਦੀ ਦਿਵਸ 30 ਜਨਵਰੀ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ ਹੁਣ ਇਸ ਤੋਂ ਬਾਅਦ ਆਪਾਂ ਗੱਲ ਕਰ ਰਹੇ ਨੇ ਫਰਵਰੀ ਦੇ ਮਹੀਨੇ ਦੇ ਮਤਲਬ ਫੁੰਦਨ ਦਿਨ ਜਿਹੜੇ ਐਗਜ਼ਾਮ ਦੇ ਪੁਆਇੰਟ ਆਫ 뷰 ਨਾਲ ਕਾਫੀ ਇੰਪੋਰਟੈਂਟ ਨੇ ਸਿਰਫ ਦੋ ਹੀ ਯਾਦ ਰੱਖਣੇ ਨੇ ਇਹ ਦੋ बार-बार ਐਗਜ਼ਾਮ ਵਿੱਚ ਰਿਪੀਟ ਹੁੰਦੇ ਨੇ 4 ਫਰਵਰੀ ਨੂੰ ਕੀ ਹੈ ਦੋਸਤਾਂ ਵਿਸਫ ਕੈਂਸਰ ਦਿਵਸ ਆ ਕਾਫੀ ਇੰਪੋਰਟੈਂਟ ਐਗਜ਼ਾਮ ਵਿਚ ਕਾਫੀ ਬਾਰੀ ਰਿਪੀਟ ਹੋ ਚੁੱਕਿਆ ਹੈ ਪੁਆਇੰਟ ਤਵਰ ਯਾਦ ਰੱਖਿਓ 4 ਫਰਵਰੀ ਨੂੰ ਜਿਹੜਾ ਵਿਸਫ ਕੈਂਸਰ ਦਿਵਸ ਹੈ ਤੇ 28 ਫਰਵਰੀ ਨੂੰ ਕੀ ਹੈ ਰਾਸ਼ਟਰੀ ਵਿਗਿਆਨ ਦਿਵਸ ਇਸ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਨਾ ਮਾਰਚ ਦੇ ਜਿਹੜੇ ਮਹੱਤਵਪੂਰਨ ਦਿਨ ਨੇ ਐਗਜ਼ਾਮ ਦੇ ਪੁਆਇੰਟ ਆਫ 뷰 ਨਾਲ ਇਹ ਜਿਹੜੇ 7 ਇੰਪੋਰਟੈਂਸ ਡੇ ਨੇ ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਰੀਡ ਕਰ ਲਓ ਜਿਵੇਂ ਮਰਜ਼ੀ ਰਿਲੇਟ ਕਰਕੇ ਯਾਦ ਰੱਖ ਲਓ 8 ਮਾਰਚ ਨੂੰ ਕੀ ਹੈ ਦੋਸਤੋ ਨੈਸ਼ਨਲ ਇੰਟਰਨੈਸ਼ਨਲ ਮਹਿਲਾ ਦਿਵਸ ਹੈ ਯਾਨੀ वूमन डे ਹੈ 8 ਮਾਰਚ ਨੂੰ ਤੇ 9 ਮਾਰਚ ਦੀ ਗੱਲ ਕਰੀਏ ਵਿਸ਼ਵ ਕਿਡਨੀ ਡੇ ਹੈ ਮਤਲਬ ਕਿ ਵਰਲਡ ਕਿਡਨੀ ਦੇ ਗੁਰਦਿਆਂ ਦਾ ਦਿਵਸ ਹੈ ਮਤਲਬ ਕਿ ਕੁਐਸਚਨ ਨੰਬਰ 15 ਦੀ ਗੱਲ ਕਰੀਏ ਮਾਰਚ ਨੂੰ ਕੀ ਹੈ ਖਪਤਕਾਰ ਯਾਨੀ ਕੰਜ਼ਿਊਮਰ ਡੇ 15 ਮਾਰਚ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ ਇਸ ਤੋਂ ਬਾਅਦ 22 ਮਾਰਚ ਦੀ ਗੱਲ ਕਰੀਏ ਤਾਂ ਵਿਸ਼ਵ ਹੈਪੀਨੈਸ ਦਿਵਸ ਇਸ ਨੂੰ ਕਿਹਾ ਜਾਂਦਾ ਹੈ ਮਤਲਬ ਕਿ ਲਾਫਿੰਗ ਡੇ ਆਪਾਂ ਇਸ ਨੂੰ ਕਹਿ ਸਕਦੇ ਹਾਂ ਖੁਸ਼ੀ ਦਾ ਦਿਨ ਮਤਲਬ ਕਿ ਇਸ ਨੂੰ ਮੰਨਿਆ ਜਾਂਦਾ ਹੈ ਕਵੈਸਚਨ ਨੰਬਰ ਸੌਰੀ 21 ਮਾਰਚ ਦੀ ਗੱਲ ਕਰੀਏ 21 ਮਾਰਚ ਨੂੰ ਕੀ ਹੈ ਫੋਰੈਸਟ ਡੇ ਸੈਲੀਬ੍ਰੇਟ ਕੀਤਾ ਜਾਂਦਾ ਯਾਨੀ ਜੰਗਲਾਤ ਦਿਵਸ 21 ਮਾਰਚ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ ਇਸ ਤੋਂ ਬਾਅਦ 22 ਮਾਰਚ ਦੀ ਗੱਲ ਕਰੀਏ ਤਾਂ ਜਲ ਦਿਵਸ ਯਾਨੀ ਵਾਟਰ ਡੇ ਇਸ ਨੂੰ ਮਨਾਇਆ ਜਾਂਦਾ ਹੈ 22 ਮਾਰਚ ਨੂੰ ਜਲ ਦਿਵਸ ਮਨਾਇਆ ਜਾਂਦਾ ਹੈ ਤੇ 24 ਮਾਰਚ ਦੀ ਗੱਲ ਕਰੀਏ 24 ਮਾਰਚ ਨੂੰ ਕੀ ਹੈ ਵਿਸ਼ਵ ਟੀਵੀ ਦਿਵਸ 24 ਮਾਰਚ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ ਦੋਸਤੋ ਕਾਫੀ ਇੰਪੋਰਟੈਂਟ ਪੁਆਇੰਟ ਨੇ ਇਹ ਦੋ ਨੰਬਰ ਆ ਤੁਹਾਡੇ ਕੱਕ ਕਰ ਸਕਦਾ ਐਗਜ਼ਾਮ ਵਿੱਚ ਤਾਂ ਵਰਗਾ ਇਹਨੂੰ ਥੋੜਾ ਜਿਹਾ ਡਿਫਿਕਲਟ ਹੈ ਇਹਨਾਂ ਨੂੰ ਯਾਦ ਰੱਖਣਾ ਤੁਸੀਂ ਕਿਵੇਂ ਮਰਜ਼ੀ ਰਿਲੇਟ ਕਰ ਲੋ ਦੋਸਤੋ ਮਾਰਚ ਤੋਂ ਆਪਾਂ ਕੀ ਰਿਲੇਟ ਕਰ ਸਕਦੇ ਆ ਮਾਰਚ ਤੋਂ ਮੈਨੂੰ ਕੀ ਯਾਦ ਆਉਂਦਾ ਮਾਰਚ ਵੜ ਜਦੋਂ ਵੀ ਮੈਂ ਦੇਖਦਾ ਹਾਂ ਜਾਂ ਸੁਣਦਾ ਹਾਂ ਕਿਤੇ ਮਾਰਚ ਤੋਂ ਮੈਨੂੰ ਮਿਰਚ ਯਾਦ ਆਉਂਦਾ ਠੀਕ ਆ ਤੇ ਮਿਰਚ ਮਿਰਚ ਤੋਂ ਕੀ ਹੁੰਦੀ ਐ ਇੱਥੇ ਮੈਂ ਇਸ ਤਰ੍ਹਾਂ ਰਿਲੇਟ ਕੀਤਾ ਹੋਇਆ ਮਿਰਚ ਨਾਲ ਕੀ ਐ ਮੈਲਾ ਕੁਝ ਮਹਿਿਲਾਂ ਇਸ ਸ਼ਾਦੀ ਤੋਂ ਬਾਅਦ ਇਸ ਤਰ੍ਹਾਂ ਨਹੀਂ ਹੁੰਦੀ ਹੈ ਕਿ ਸਬਜ਼ੀ ਵਿੱਚ ਮਿਰਚਾਂ ਜ਼ਿਆਦਾ ਪਾ ਦਿੰਦੀ ਹੈ ਹਾਂ ਤੇ ਨੈਕਸਟ ਡੇ ਹੀ ਜਿਹੜੇ 9 ਮਾਰਚ ਨੂੰ ਹੈ ਕਿ ਉਹ ਆਪਣੇ ਹਸਬੰਦ ਦੇ ਗੁਰਦੇ ਗਾਲ ਦਿੰਦੀਆਂ ਨੇ ਮਿਰਚਾਂ ਖਾ ਖਾ ਕੇ ਤਾਂ ਇਸ ਤਰ੍ਹਾਂ ਦੀ ਫਨੀ ਟ੍ਰਿਕਸ ਨੇ ਤੇ ਰਿਲੇਟ ਕਰਕੇ ਆਪਾਂ ਯਾਦ ਰੱਖ ਸਕਦੇ ਹਾਂ ਤਾਂ ਕਰਕੇ ਮੈਂ ਵੀ ਇਸੇ ਤਰ੍ਹਾਂ ਹੀ ਯਾਦ ਰੱਖਿਆ ਹੋਇਆ ਤਾਂ इजीली ਮੇਰੇ ਮਾਈਂਡ 'ਚ ਇਹ ਗੱਲ ਬੈਠੀ ਹੋਈ ਹੈ ਤੁਸੀਂ ਵੀ ਇਸੇ ਤਰ੍ਹਾਂ ਨੂੰ ਰਿਲੇਟ ਕਰ ਲਓ ਕਿਸੇ ਫੈਮਿਲੀ ਨਾਲ ਕਿਸੇ ਵੀ ਜਿਹੜਾ ਇਨਸੀਡੈਂਟ ਤੁਹਾਡੇ ਨਾਲ ਹੋਇਆ ਉਸ ਨਾਲ ਰਿਲੇਟ ਕਰ ਲਓ ਇਸ ਤਰ੍ਹਾਂ ਤੁਹਾਨੂੰ इजीली ਇਹ ਯਾਦ ਰਹਿ ਜਾਵੇ ਤੇ ਇਸ ਤੋਂ ਬਾਅਦ ਅਪ੍ਰੈਲ ਦੇ ਮਹੱਤਵਪੂਰਨ ਦਿਨਾਂ ਦੀ ਗੱਲ ਕਰੀਏ ਤਾਂ 7 ਅਪ੍ਰੈਲ ਨੂੰ ਕੀ ਹੈ ਵਿਸ਼ਵ ਹੈਲਥ ਡੇ ਹੈ ਵਿਸ਼ਵ ਸਿਹਤ ਦਿਵਸ ਇਸ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਕਦੋਂ ਕੀਤਾ ਜਾਂਦਾ ਦੋਸਤੋ 7 ਅਪ੍ਰੈਲ ਨੂੰ ਕੀਤਾ ਜਾਂਦਾ ਇਸ ਤੋਂ ਬਾਅਦ 21 ਅਪ੍ਰੈਲ ਨੂੰ ਕੀ ਹੈ ਸਿਵਲ ਸੇਵਾ ਮਡੇ ਤਾਂ ਮਤਲਬ ਜਿਹੜੀ ਆਪਣੀ ਸੋ ਬਾਅਦ ਐਂਡ ਹੁਣ ਆਪਾਂ ਗੱਲ ਕਰਨੀ ਨੇ April ਦੇ ਮਹੱਤਵਪੂਰਨ ਦਿਵਸਾਂ ਦੀ 7 April ਨੂੰ ਕੀ ਵਿਸ਼ਵ ਸਿਹਤ ਦਿਵਸ ਸੈਲੀਬ੍ਰੇਟ ਕੀਤਾ ਜਾਂਦਾ ਹੈ World Health Day 7 April ਨੂੰ ਬਣਾਇਆ ਜਾਂਦਾ ਹੈ ਤੇ 1 April ਨੂੰ ਗੱਲ ਕਰੀਏ ਸਿਵਲ ਸੇਵਾਵਾਂ ਦਾ ਦਿਵਸ 1 April ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ ਤੇ 22 April ਦੀ ਗੱਲ ਕਰੀਏ World Earth Day ਯਾਨੀ ਧਰਤੀ ਦਿਵਸ 22 April ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ ਕਾਫੀ ਇੰਪੋਰਟੈਂਟ ਹੈ ਐਗਜ਼ਾਮ ਵਿੱਚ ਕਾਫੀ ਵਾਰ ਇਹ ਪੁੱਛਿਆ ਜਾ ਚੁੱਕਾ ਹੈ ਕੁਐਸਟਸ ਤੋਂ ਬਾਅਦ 24 ਅਪ੍ਰੈਲ ਨੂੰ ਕੀ ਹੈ ਦੋਸਤੋ ਰਾਸ਼ਟਰੀ ਪੰਚਾਇਤ ਰਾਜ ਦਿਵਸ ਹੈ ਇਹ ਵੀ ਆਪਣੇ ਕਨਸਟੀਟਿਊਸ਼ਨ ਦੇ ਰਿਗਾਰਡਿੰਗ ਹੈ ਤਾਂ ਕਰਕੇ ਕਾਫੀ ਇੰਪੋਰਟੈਂਟ ਪੁਆਇੰਟ ਹੋ ਜਾਂਦਾ ਇਸ ਨੂੰ ਯਾਦ ਰੱਖ ਲਓ 24 ਅਪ੍ਰੈਲ ਨੂੰ ਕੀ ਰਾਸ਼ਟਰੀ ਪੰਚਾਇਤ ਰਾਜ ਦਿਵਸ ਸੈਲੀਬ੍ਰੇਟ ਕੀਤਾ ਜਾਂਦਾ ਹੈ ਇਸ ਤੋਂ ਬਾਅਦ ਆਪਾਂ ਗੱਲ ਕਰਨੇ ਮਈ ਦੇ ਮਹੀਨਿਆਂ ਦੇ ਜਿਹੜੇ ਮਹੱਤਵਪੂਰਨ ਦਿਨ ਨੇ 1 ਮਈ ਨੂੰ ਦੋਸਤੋ ਲੇਬਰ ਦਿਵਸ ਮਨਾਇਆ ਜਾਂਦਾ ਹੈ ਤੇ 3 ਮਈ ਨੂੰ ਦੋਸਤੋ ਵਿਸ਼ਵ ਪ੍ਰੈਸ ਆਜ਼ਾਦੀ ਦਿਵਸ ਮਨਾਇਆ ਜਾਂਦਾ ਹੈ ਵਿਸ਼ਵ ਪ੍ਰੈਸ ਆਜ਼ਾਦੀ ਮਤਲਬ ਜੋ ਵੀ ਨਿਊਜ਼ ਰਿਪੋਰਟਰ ਹੁੰਦੇ ਨੇ ਉਨ੍ਹਾਂ ਵਾਸਤੇ ਇਹ ਦਿਨ 3 ਮਈ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ ਇਸ ਤੋਂ ਬਾਅਦ 11 ਮਈ ਦੀ ਗੱਲ ਕਰੀਏ 11 ਮਈ ਨੂੰ ਟੈਕਨੋਲੋਜੀ ਦਿਵਸ ਬਣਾਇਆ ਜਾਂਦਾ ਹੈ ਤੇ 21 ਮਈ ਨੂੰ ਅਤਵਾਦ ਵਿਰੋਧੀ ਦਿਵਸ ਬਣਾਇਆ ਜਾਂਦਾ ਹੈ ਯਾਨੀ ਐਂਟੀ ਟੈਰਰਿਜ਼ਮ ਡੇ 21 ਮਈ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ ਇਸ ਤੋਂ ਬਾਅਦ 31 ਮਈ ਦੀ ਗੱਲ ਕਰੀਏ ਐਂਟੀ ਤਬਾਕੂ ਯਾਨੀ ਤੰਬਾਕੂ ਦੇ ਅਗੇਂਸਟ ਦਾ ਡੇ ਜਿਹੜਾ ਉਹ 31 ਮਈ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ ਸੋ ਬੱਜ ਜੂਨ ਦੇ ਇੰਪੋਰਟੈਂਟ ਡੇ ਦੀ ਗੱਲ ਕਰੀਏ ਜਿਹੜੇ ਐਗਜ਼ਾਮ ਦੇ ਪੁਆਇੰਟ ਆਫ 뷰 ਵਿੱਚ ਕਾਫੀ ਵਾਰ ਰਿਪੀਟ ਹੋ ਚੁੱਕੇ ਨੇ ਦੋਨੇ ਇਹ 5 ਜੂਨ ਨੂੰ ਕੀ ਹੈ ਵਿਸ਼ਵ ਵਾਤਾਵਰਣ ਦਿਵਸ ਸੈਲੀਬ੍ਰੇਟ ਕੀਤਾ ਜਾਂਦਾ ਤੇ 21 ਜੂਨ ਨੂੰ ਹੈ ਜਿਹੜਾ ਵਿਸ਼ਵ ਯੋਗ ਦਿਵਸ ਸੈਲੀਬ੍ਰੇਟ ਕੀਤਾ ਜਾਂਦਾ ਕਾਫੀ ਇੰਪੋਰਟੈਂਟ ਹੈ ਦੋਸਤੋ ਰਿਪੀਟ ਹੋ ਚੁੱਕੇ ਹੈ ਪੁਆਇੰਟਸ ਨਾ ਕਰਕੇ ਯਾਦ ਰੱਖਿਓ ਓਕੇ ਦੋਸਤੋ ਇਹ ਤਾਂ ਸੀ ਐਗਜ਼ਾਮ ਦੇ ਪੁਆਇੰਟ ਆਫ 뷰 ਨਾਲ ਕਾਫੀ ਇੰਪੋਰਟੈਂਟ ਐਂਡ ਐਕਸਪੈਕਟਿਡ ਜਿਹੜੇ ਇੰਪੋਰਟੈਂਸ ਡੇ ਨੇ ਉਹਨਾਂ ਨੂੰ ਆਪਾਂ ਇਸ ਵੀਡੀਓ ਵਿੱਚ ਕਵਰ ਕੀਤਾ ਇਸ ਤੋਂ ਇਲਾਵਾ ਕਾਫੀ ਹੋਰ ਡੇਜ਼ ਨੇ ਮਤਲਬ ਕਿ ਜਨਵਰੀ ਤੋਂ ਲੈ ਕੇ ਜੂਨ ਤੱਕ 6 ਮਹੀਨੇ ਨੇ ਆਪਾਂ ਜਿਹੜੇ ਇੰਪੋਰਟੈਂਟ ਸੀ ਉਹ ਕਵਰ ਕਰ ਲਏ ਨੇ ਇਸ ਤੋਂ ਇਲਾਵਾ ਜਨਵਰੀ ਐਂਡ ਜੂਨ ਵਿੱਚ ਕਾਫੀ ਹੋਰ ਇੰਪੋਰਟੈਂਸ ਡੇ ਨੇ ਉਹ ਤੁਹਾਨੂੰ ਪੀਡੀਐਫ ਵਿੱਚ ਮਿਲ ਜਾਵੇਗੀ ਪੀਡੀਐਫ ਲੈਣ ਲਈ ਤੁਸੀਂ ਸਾਡਾ ਵਟਸਐਪ ਗਰੁੱਪ ਜੁਆਇਨ ਕਰ ਸਕਦੇ ਹੋ ਲਿੰਕ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਐਂਡ ਜਿਹੜੇ ਬਾਕੀ ਦੇ 6 ਮਹੀਨੇ ਰਹਿ ਗਏ ਉਹ ਆਪਾਂ ਨੈਕਸਟ ਵੀਡੀਓ ਵਿੱਚ ਕਵਰ ਕਰਨ ਨੂੰ